74वां गणतंत्र दिवस पूरे भारत विच बड़ी धूमधाम नाल मनाया जा रहा है। उत्थे जिला शहीद भगत सिंह नगर विच पैंदी सब डिवीजन बलाचौर विखे गणतंत्र दिवस मनाया गया। समागम दे मुख मेहमान SDM विक्रमजीत सिंह ने झंडा लहराउन दी रस्म अदा कीती ते पुलिस पार्टी तो सलामी लई गई अते परेड दा निरीक्षण कीता गया। इस मौके ते ड्यूटी प्रति इमानदारी वाले मुलाजमा नू सम्मानित कीता गया ते वख वख स्कूली बच्चियां ने काफी रंग बन्या। होरना तो इलावा तहसीलदार रविंदर कुमार बांसल, DSP दविंदर सिंह, दोनों थानिया दे मुखी EO भजन चंद, SMO कुलविंदर मान बलाचौर, SMO गुरजीत सिंह सोडिया ते होर स्टाफ हाजिर सन। ਅਤੇ ਅੱਜ ਦੇ ਸਮਾਗਮ ਵਿੱਚ ਸਾਰੇ ਮਹਿਮਾਨ ਜਿਹੜੇ ਵੀ ਅੱਜ ਦੇ ਪ੍ਰੋਗਰਾਮ 'ਚ ਹਾਜ਼ਰ ਹੈ ਸਾਰਿਆਂ ਨੂੰ ਮੈਂ ਅੱਜ 74ਵੇਂ ਗਣਤੰਤਰ ਦਿਵਸ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਨਿੱਘੀ ਵਧਾਈ ਦਿੰਦਾ ਹਾਂ। ਮੈਂ ਦੇਸ਼ ਦੀਆਂ ਤਿੰਨੋਂ ਸੇਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਉਹਨਾਂ ਬਹਾਦਰ ਸੂਰਬੀਰਾਂ ਨੂੰ ਵੀ ਵਧਾਈ ਦਿੰਦਾ ਹਾਂ ਜੋ ਸਾਡੇ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਨੇ ਬਾਰਡਰ ਤੇ। ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦਾ ਮਾਣ ਹਾਸਲ ਹੋਇਆ। ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਜੀ ਦੇ ਵਡਮੁੱਲੇ ਯੋਗਦਾਨ ਨੂੰ ਵੀ ਸਲਾਮ ਕਰਦਾ ਹਾਂ। ਹਾਲਾਂਕਿ ਪੰਜਾਬ ਦਾ ਖੇਤਰਫਲ ਪੰਜਾਬ ਦੇ ਟੋਟਲ ਏਰੀਆ ਦਾ 1.6% ਬਣਦਾ ਹੈ ਪਰ ਪੰਜਾਬੀਆਂ ਨੇ ਹਰ ਖੇਤਰ ਵਿੱਚ ਹਮੇਸ਼ਾ ਮੋਹਰੀ ਹੋ ਕੇ ਹੀ ਆਪਣਾ ਕੰਮ ਕੀਤਾ ਹੈ ਅਤੇ ਪ੍ਰਾਪਤੀਆਂ ਕੀਤੀਆਂ। ਸਾਨੂੰ ਮਾਣ ਹੈ ਕਿ ਸਭ ਤੋਂ ਵੱਧ ਔਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕੁੱਲ ਫਰੀਡਮ ਫਾਈਟਰਸ ਵਿੱਚੋਂ 80% ਤੋਂ ਜ਼ਿਆਦਾ ਪੰਜਾਬੀਆਂ ਨੇ ਹੀ ਕੁਰਬਾਨੀਆਂ ਦਿੱਤੀਆਂ। ਪੰਜਾਬ ਦਾ ਇਤਿਹਾਸ ਖੂਨੀ ਸਾਕਿਆਂ ਦਾ ਇਤਿਹਾਸ ਹੈ। ਬਰਤਾਨਵੀ ਸਮਰਾਜ ਵਿਰੁੱਧ ਬਹਾਦਰੀ ਨਾਲ ਲੜਦਿਆਂ ਅਨੇਕਾਂ ਪੰਜਾਬੀ ਯੋਧੇ